ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਦਰਸ਼ਕੋ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਿੱਖ ਜਗਤ ਮੁਸ਼ਕਲਾਂ ਵਿੱਚ ਘਿਰਿਆ ਹੋਇਆ ਹੈ ਇਹਨਾਂ ਸਿੱਖ ਮਸਲਿਆਂ ਤੇ ਅੱਜ ਅਸੀਂ ਦੋ ਸਿੱਖ ਪੰਥ ਦੀਆਂ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਪਰਮਜੀਤ ਸਿੰਘ ਸਰਨਾ ਜੋ ਬੜੇ ਲੰਬੇ ਅਰਸੇ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹਨ ਇਹਨਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੜਾ ਸਹਿਯੋਗ ਦਿੱਤਾ ਅਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿੱਚ ਵੀ ਬੜਾ ਯੋਗਦਾਨ ਕੀਤਾ ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਪਰਮਜੀਤ ਸਿੰਘ ਸਰਨਾ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਨਿਊਜ਼ ਸ਼ੋਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਨਾ ਸਾਹਿਬ ਜਿਸ ਗੱਲ ਕਰ ਰਹੇ ਸਿੱਖ ਜਗਤ ਦੀਆਂ ਮੁਸ਼ਕਲਾਂ ਦੇ ਬਾਰੇ ਤਾਂ ਜਿਸ ਦੇ ਤੁਸੀਂ ਜਾਣਦੇ ਕਿ ਭਾਰਤ ਦੀ ਅਦਾਲਤ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ ਅਤੇ ਉਸ ਦੇ ਨਾਲ ਜਿਹੜੇ 5 ਹੋਰ ਦੋਸ਼ੀ ਜਿਨ੍ਹਾਂ ਨੇ ਆਲਮੋਸਟ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਮਾਰੇ ਸੀ ਉਹਨਾਂ 'ਚੋਂ ਤਿੰਨਾਂ ਨੂੰ ਉਮਰ ਕੈਦ ਅਤੇ ਦੋਵਾਂ ਨੂੰ ਸਿਰਫ 3-3 ਸਾਲ ਦੀ ਸਜ਼ਾ ਦਿੱਤੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਗੱਲ ਹੈਗੀ ਕਿ ਇਸ ਗੱਲ ਤੇ ਕੋਈ ਗੱਲ ਦੀ ਸ਼ਿਕਾਇਤ ਨਹੀਂ ਹੈਗੀ ਕਿ ਇਨਸਾਫ਼ ਜਿਹੜਾ ਹੈਗਾ ਸਿੱਖਾਂ ਨੂੰ ਨਹੀਂ ਮਿਲ ਰਿਹਾ ਜੀ ਅਦਾਲਤਾਂ ਵਿੱਚ ਵੀ ਕਿਸੇ ਜਗ੍ਹਾ ਤੇ ਵੀ ਜੀ ਪਰ ਇਹ ਗੱਲ ਕਹਿਣ ਤੋਂ ਮੈਂ ਗੁਰੇਜ਼ ਹੀ ਕਹਿ ਸਕਦਾ ਨਹੀਂ ਕਰ ਰਹਿ ਸਕਦਾ ਕਿ ਇਹਦੇ ਵਿੱਚ ਸਾਡੀਆਂ ਆਪਣੀਆਂ ਵੀ ਕਈ ਗਲਤੀਆਂ ਗਈਆਂ ਜੀ ਔਰ ਅਸੀਂ ਆਪਣੇ ਗਵਾਹਾਂ ਨੂੰ ਠੀਕ ਤਰ੍ਹਾਂ ਨਾ ਭੁਗਤਾ ਸਕੇ ਜਿਸ ਦੇ ਕਰਕੇ ਜੱਜ ਨੂੰ ਕਾਮਯਾਬ ਰਿਹਾ ਦੇਖੋ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਦਾ ਪਰ ਮੈਂ ਇੱਕ ਗੱਲ ਕਹਿ ਸਕਦਾ ਕਿ CBI ਨੇ ਇਸ ਵਾਰ ਜਿਹੜੇ ਵਕੀਲ ਪੇਸ਼ ਕੀਤੇ ਸਨ ਉਹ ਬਾਦਲ ਦਲ ਦੀ ਔਰ ਪੰਜਾਬ ਸਰਕਾਰ ਦੀ ਮਰਜ਼ੀ ਦੇ ਵਕੀਲ ਸਨ ਜਿਹੜੇ ਕਿ ਪੰਜਾਬ ਦੇ ਸਭ ਤੋਂ ਟਾਪ ਦੇ ਲਾਇਰ ਸਨ ਜੀ ਉਹਨਾਂ ਨੇ ਇਹ ਕੇਸ ਐਕਟਿਵਲੀ ਕੀਤਾ ਔਰ ਅੱਗੋਂ ਉਹਨਾਂ ਨੇ ਵੀ ਆਪਣੀ ਮਰਜ਼ੀ ਦੇ ਆਪਣੇ ਅਸਿਸਟੈਂਟ ਵਕੀਲ ਲਏ ਜੀ ਕਿਸੇ ਦੀ ਹੋਰ ਦੀ ਮਰਜ਼ੀ ਨਹੀਂ ਚੱਲਣ ਦਿੱਤੀ ਹਾਂਜੀ ਔਰ ਫਿਰ ਫੁਲਕਾ ਸਾਹਿਬ ਉਹਨਾਂ ਨੂੰ ਅਸਿਸਟ ਕੀਤਾ ਕਿਸੇ ਤਰੀਕੇ ਨਾਲ ਕੀਤਾ ਤਾਂ ਉਹ ਹੀ ਦੱਸ ਸਕਣਗੇ ਜੀ ਕਿਉਂਕਿ ਉਹ ਲੰਬਾ ਸਮਾਂ ਇਹ ਸਾਰੇ ਸੰਘਰਸ਼ ਦੇ ਵਿੱਚ ਰਹੇ ਸਨ ਉਹਨਾਂ ਨੂੰ ਪਤਾ ਸੀ ਸਾਡੀ ਕਮਜ਼ੋਰ ਕੜੀ ਕੜੀ ਹੈ ਸਾਡੀ ਅੱਛੀ ਕੜੀ ਕੜੀ ਹੈ ਹਾਂਜੀ ਅਸੀਂ ਆਪਣੀ ਤਗੜੀ ਕੜੀ ਦੇ ਕਰਕੇ ਜੀ ਔਰ ਇੱਕ ਇਸ ਵਿੱਚ ਅਸੀਂ ਸਜ਼ਾ ਦਵਾ ਸਕਦੇ ਸਾਂ ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਜਦ ਹਿੰਦੁਸਤਾਨ ਦੇ ਸਜ਼ਾ ਸੁਣਾਉਣੀ ਹੁੰਦੀ ਹੈ ਜੀ ਉਸ ਦਿਨ ਵੀ ਬਹਿਸ ਹੁੰਦੀ ਹੈ ਜੀ ਉਸ ਦਿਨ ਵੀ ਇਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਤਿੰਨਾਂ ਦੀ ਫਾਂਸੀ ਦੀ ਸਜ਼ਾ ਵਾਸਤੇ ਇਹਨਾਂ ਨੂੰ ਕਹਿੰਦੇ ਜੀ ਔਰ ਕਹਿੰਦੇ ਵੀ ਇਸ ਤੋਂ ਘੱਟ ਫਾਂਸੀ ਜਿਹੜੀ ਹੈ ਇਹਨਾਂ ਨੂੰ ਦਿੱਤੀ ਜਾਵੇ ਹੁਣ ਸਾਡੇ ਕੋਲ ਇਹ ਖਬਰ ਤੇ ਬਾਹਰ ਨਹੀਂ ਆਈ ਵੀ ਉੱਥੇ ਕੀ ਬਹਿਸ ਹੋਈ ਹੈ ਕੀ ਨਹੀਂ ਹੋਈ ਜੀ ਪਰ ਮੈਂ ਇਹ ਗੱਲ ਕਹਿ ਸਕਦਾ ਵਾਂ ਕਿ ਕਿਸੇ ਨਾ ਕਿਸੇ ਜਗ੍ਹਾ ਸਾਡੇ ਪਾਸੋਂ ਕੋਈ ਨਾ ਕੋਈ ਸ਼ਾਇਦ ਚੂਕ ਰਹਿ ਗਈ ਹੋਏਗੀ ਜੋ ਜੱਜ ਨੂੰ ਅਸੀਂ ਮੌਕਾ ਦਿੱਤਾ ਇਹ ਗੱਲ ਕਹਿਣ ਦਾ ਜੀ ਔਰ ਹੁਣ ਮੈਂ ਸਮਝਦਾ ਕਿ ਸਾਨੂੰ ਹਾਈ ਕੋਰਟ ਦੇ ਵਿੱਚ ਬੜੀ ਅੱਛੀ ਤਰ੍ਹਾਂ ਇਹ ਕੇਸ ਲੜਨਾ ਚਾਹੀਦਾ ਔਰ ਕੇਸ ਲੜ ਕੇ ਇਹਨਾਂ ਨੂੰ ਸਜ਼ਾ ਦਵਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਕੋਈ ਰਸਤਾ ਅਸੀਂ ਕਿਸੇ ਜੱਜ ਨੂੰ ਨਾ ਦਈਏ ਵੀ ਉਸ ਰਸਤੇ ਨਿਕਲ ਕੇ ਦੇ ਕਿਸੇ ਦੋਸ਼ੀ ਨੂੰ ਬਰੀ ਕਰ ਦੇਣ ਜਾਂ ਲੈਕ ਆਫ ਐਵੀਡੈਂਸ ਦੇ ਕਰਕੇ ਉਸ ਨੂੰ ਬਰੀ ਕਰਨ ਜੀ ਇਹ ਸਾਨੂੰ ਸਾਡੀ ਆਪਣੀ ਤਿਆਰੀ ਜਿਹੜੀ ਹੈਗੀ ਹਾਂਜੀ ਇਹ ਸਾਰੀ ਇਸ ਤੇ ਹੋਣੀ ਚਾਹੀਦੀ ਹੈ ਨਾ ਕਿ ਪੋਲੀਟੀਕਲੀ ਹੋਣੀ ਚਾਹੀਦੀ ਹੈ ਰਾਜਨੀਤੀ ਦਾ ਆਧਾਰ ਬਣਾ ਕੇ ਸਾਨੂੰ ਲੜਨਾ ਚਾਹੀਦਾ ਹਾਂਜੀ ਹਾਂਜੀ ਜੀ ਤੇ ਵੀਰ ਜੀ ਜਿਸ ਤੋਂ ਕਹਿੰਦੇ ਗਵਾਹਾਂ ਦੀ ਘਾਟ ਸੀਗੀ ਜਿਸ ਸੈਸ਼ਨ ਕੋਰਟ ਨੇ ਇਹਨਾਂ ਨੂੰ ਸੱਚਾ ਗਵਾਹ ਤੋਂ ਹੀ ਸਨ ਜਿਹੜੇ ਸਨ ਜੀ ਜੀ ਕੋਈ ਗਵਾਹ ਬਾਹਰੋਂ ਤਾਂ ਆਏ ਨਹੀਂ ਜੀ ਜਿਹੜੇ ਮੁੱਖ ਗਵਾਹ ਨਿਰਪ੍ਰੀਤ ਕੌਰ ਸੀਗੀ ਮੁੱਖ ਗਵਾਹ ਨਿਰਪ੍ਰੀਤ ਕੌਰ ਨੇ ਇਸ ਸੁਣਵਾਈ ਦੇ ਖਿਲਾਫ ਧਰਨਾ ਦੇ ਦਿੱਤਾ ਉਹਨੇ ਭੁੱਖ ਹੜਤਾਲ ਵੀ ਕਰਤੀ 5 ਦਿਨ ਭੁੱਖ ਹੜਤਾਲ ਕੀਤੀ ਉਸ ਤੋਂ ਬਾਅਦ ਅਕਾਲ ਤਖ਼ਤ ਤੋਂ ਜਥੇਦਾਰ ਆਏ ਨੇ ਬਾਦਲ ਸਰਕਾਰ ਆਈ ਹੈ ਪ੍ਰਕਾਸ਼ ਸਿੰਘ ਬਾਦਲ ਆਏ ਉਹਨਾਂ ਨੇ ਉਹਨੇ ਭੁੱਖ ਹੜਤਾਲ ਤੁੜਵਾ ਦਿੱਤੀ ਹੈ ਹੁਣ ਕੀ ਇਹ ਸਿਰਫ ਉਹਨਾਂ ਨੂੰ ਦਿਲਾਸਾ ਦਿੱਤਾ ਗਿਆ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਵੀ ਸੀ ਉਹ ਵੀ ਪੂਰੀਆਂ ਕੀਤੀਆਂ ਗਈਆਂ ਨੇ ਕਿਹੜੀਆਂ ਮੰਗਾਂ ਪੂਰੀਆਂ ਕੀਤੀਆਂ ਨੇ ਜੀ ਪੁੱਛੋ ਤੁਸੀਂ ਪ੍ਰੈਜ਼ੀਡੈਂਟ ਨੂੰ ਮਿਲ ਕੇ ਗਏ ਹੋ ਜੀ ਔਰ ਪ੍ਰੈਜ਼ੀਡੈਂਟ ਤੋਂ ਬਾਅਦ ਤੁਸੀਂ 100-125 ਬੰਦਾ ਸੀ ਕਿ 150 ਬੰਦਾ ਸੀ ਇਹ ਤਾਂ ਸਾਡੇ ਕੋਲ ਗਿਣਤੀ ਨਹੀਂ ਹੈ ਜੀ ਉਸ ਤੋਂ ਬਾਅਦ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਮਿਲੇ ਹੋ ਹਾਂਜੀ ਤੁਸੀਂ ਜਿਹੜੀਆਂ 4 ਮੰਗਾਂ ਸਨ ਉਹਨਾਂ ਚੋਂ ਇੱਕ ਤੇ ਮੰਗਵਾ ਲੈਂਦੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਕਰਵਾ ਲੈਂਦੇ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਕਰਾ ਦਿਓ ਜੀ ਔਰ ਪਹਿਲੇ ਦਿਨ ਤੋਂ ਮੈਂ ਇਹ ਮੰਗ ਰੱਖੀ ਸੀ ਕਿ ਇੱਕ ਕਮਿਸ਼ਨ ਬੈਠਣਾ ਚਾਹੀਦਾ ਹਾਂਜੀ ਜਿਹੜਾ ਕਮਿਸ਼ਨ ਇਹ ਫੈਸਲਾ ਕਰੇ ਕਿ ਇਹ ਜਿਹੜੀ ਗਲਤੀ ਹੋਈ ਹੈ ਇਹ ਜੱਜਾਂ ਸਾਹਿਬਾਨ ਨੇ ਇਹਦੇ ਵਿੱਚ ਦਨਾਂ ਕੀ ਰਿਆਇਤ ਕੀਤੀ ਹੈ ਜਾਂ ਸਾਡਾ ਕੇਸ ਲੜਨ ਚ ਕਮੀ ਆਈ ਹੈ ਜੀ ਕੀ ਹੈਗਾ ਜੀ ਦੱਸੋ ਜੀ ਚੋਣ ਕਮੇਟੀ ਜੱਜ ਨਿਯਤ ਕਰ ਦੇਵੇ ਦੋ ਹਾਂਜੀ ਔਰ ਐਸੇ ਜੱਜ ਨਿਯਤ ਕਰੇ ਸਟਾਫ ਦੇ
ਕ੍ਰੈਡੀਬਿਲਟੀ ਦੇ ਉੱਤੇ ਦੁਨੀਆਂ ਦੇ ਕਿਸੇ ਵੀ ਬੰਦੇ ਹਿੰਦੁਸਤਾਨ ਚ ਕਿਸੇ ਬੰਦੇ ਨੂੰ ਸ਼ੱਕ ਨਾ ਹੋਵੇ ਜੀ, ਪੰਜਾਬ ਸਰਕਾਰ ਕਰ ਦੇਵੇ। ਤੁਸੀਂ ਵੀ ਦਿਨਾਂ ਅੱਗੇ ਇਨਵੈਸਟੀਗੇਸ਼ਨ ਟੀਮ ਐਸਟੈਬਲਿਸ਼ ਕਰਨ ਵਾਸਤੇ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਨੂੰ ਮਿਲ ਰਹੇ ਹੋ, ਪ੍ਰਾਈਮ ਮਿਨਿਸਟਰ ਨੂੰ ਮਿਲ ਰਹੇ ਹੋ, ਆਪ ਕਰਕੇ ਬੰਨੇ ਮਾਰੋ। ਹਾਂਜੀ, ਕਿਹੜਾ ਉਸਨੂੰ ਜਦ ਉਹਦੀ ਆ ਜਾਏਗੀ, ਔਰ ਜੇ ਤੁਸੀਂ ਕਾਬਲ ਜਿਹੜੇ ਸਭ ਤੋਂ ਇਮਾਨਦਾਰ ਔਰ ਕਾਬਲ ਬੰਦਿਆਂ ਦੀ ਟੀਮ ਬਣਾਈ ਹੋਏਗੀ, ਆਪੇ ਗੱਲ ਸਾਹਮਣੇ ਆ ਜਾਏਗੀ। ਉਹਨੂੰ ਕਿਹੜਾ ਨੀ ਮਾਨਤਾ ਦੇਗਾ ਜੀ। ਇਸ ਵਾਸਤੇ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਇਹ ਆਪਣੀ ਟੀਮ ਜਿਹੜੀ ਹੈਗੀ, ਦੋ ਮੈਂਬਰੀ ਟੀਮ ਅਨਾਊਂਸ ਕਰਦਾ ਜੀ, ਤਾਂ ਕਿ ਇਤਿਹਾਸ ਵਿੱਚ ਤੇ ਸਾਹਮਣੇ ਆ ਜਾਏਗਾ ਨਾ। ਹਾਂਜੀ ਹਾਂਜੀ, ਪੰਜਾਬ ਸਰਕਾਰ ਨੇ ਇੱਕ ਟੀਮ ਅਨਾਊਂਸ ਕੀਤੀ ਜਿਹਦੇ ਫੰਡਿੰਗ ਦੇ ਸਨ। ਤੇ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੇ ਵਕੀਲ ਹੋਣੇ ਚਾਹੀਦੇ ਆ ਇਸ ਲਈ ਅਦਾਲਤ ਦੇ ਵਿੱਚ? ਵਕੀਲ ਨਹੀਂ ਚਾਹੀਦੇ ਜੀ, ਇਹ ਸਾਡੇ ਕੋਲ ਜੱਜ ਚਾਹੀਦੇ ਹਨ, ਹਾਈ ਕੋਰਟ ਦੇ ਰਿਟਾਇਰਡ ਜੱਜ ਜੀ। ਔਰ ਸਾਡੇ ਕੋਲ ਬੜੇ ਜੱਜ ਹੈਗੇ ਜਿਹੜੇ ਕਿ ਪੰਜਾਬ 'ਚ ਬੈਠੇ ਨੇ, ਦਿੱਲੀ 'ਚ ਬੈਠੇ ਨੇ, ਜਿਹੜੇ ਕਿ ਇਸ ਕੰਮ ਵਾਸਤੇ ਮਾਹਿਰ ਨੇ ਜੀ। ਜਸਟਿਸ ਜਸਪਾਲ ਸਿੰਘ ਬੈਠਾ ਹੈ ਦਿੱਲੀ ਦੇ ਵਿੱਚ, ਜਸਟਿਸ ਦੁਆਬੀਆ ਬੈਠਾ ਹੈ ਦਿੱਲੀ ਦੇ ਵਿੱਚ ਜੀ, ਜਸਟਿਸ ਸੋਢੀ ਬੈਠੇ ਹੋਏ ਨੇ ਉਹਦਾ ਨਾਂ ਜੀ, ਜਿਹਨਾਂ ਨੇ ਸ਼ੁਰੂ ਤੋਂ ਇਹ ਕੇਸ ਲੜੇ ਨੇ ਜੀ। ਔਰ ਇਹ ਤੇ ਤਰੇ ਚਾਰ ਨਾਂ ਜਿਹੜੇ ਮੈਂ ਦਿੱਲੀ ਦੇ ਦੱਸ ਰਿਹਾ, ਬਾਕੀ ਪੰਜਾਬ 'ਚ ਬੜੇ ਬੈਠੇ। ਹਾਂਜੀ, ਤੁਸੀਂ ਉਹਨਾਂ ਕਿਸੇ ਨੂੰ ਇੱਕ ਦਿੱਲੀ ਪਾਓ, ਇੱਕ ਉਹਨਾਂ ਨੂੰ ਪਾਓ, ਉਹ ਪਾ ਕੇ ਜਸਟਿਸ ਜਸਪਾਲ ਸਿੰਘ ਨੇ ਸਭ ਤੋਂ ਪਹਿਲਾਂ ਸੀ ਜਿਹਨੇ ਸਜ਼ਾ ਸੁਣਾਈ ਸੀ ਭਗਤ ਦੇ ਖਿਲਾਫ। ਹਾਂਜੀ, ਪਰ ਉਹਦੀ ਪੈਰਵੀ ਜਿਹੜੀ ਸੀ ਬਾਅਦ 'ਚ ਨਾ ਹੋਣ ਕਰਕੇ ਰਹਿ ਗਿਆ ਕੇਸ। ਇਸ ਵਾਸਤੇ ਸਾਨੂੰ ਇਹੋ ਜਿਹੇ ਜੱਜਾਂ ਦੀ ਸੇਵਾਵਾਂ ਲੈ ਕੇ ਕਮਿਸ਼ਨ ਬਾਦਲ ਸਾਹਿਬ ਮੁਕਰਰ ਕਰ ਦੇਣ ਜੀ, ਆਪਣਾ ਗੌਰਮੈਂਟ ਆਫ ਪੰਜਾਬ ਦਾ ਕਮਿਸ਼ਨ ਹੋਏਗਾ, ਉਹਦੀ ਵੈਲੀ ਹੋਏਗੀ ਜੀ। ਨਹੀਂ ਕਰਦੇ ਸ਼੍ਰੋਮਣੀ ਕਮੇਟੀ ਕਰ ਦੇਵੇ, ਨਹੀਂ ਕਰਦੀ ਅਕਾਲ ਤਖਤ ਦਾ ਜਥੇਦਾਰ ਨਿਯਤ ਕਰ ਦੇਵੇ ਜੀ, ਕੀ ਹੈਗਾ ਉੱਥੇ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਤੁਸੀਂ ਵੀ ਪ੍ਰੈਜ਼ੀਡੈਂਟ ਰਹੇ ਹੋ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੁਸੀਂ ਜਿਹੜੀ ਨਸਲਕੁਸ਼ੀ ਹੋਈ ਹੈ ਸਿੱਖਾਂ ਦੀ 1984 ਦੀ, ਤੁਸੀਂ ਉਹਨਾਂ ਦੀ ਕਾਨੂੰਨੀ ਮਦਦ ਕਿਸ ਤਰ੍ਹਾਂ ਕੀਤੀ? ਕਿਹਦੀ ਮਦਦ? ਤੁਸੀਂ ਕਾਨੂੰਨੀ ਮਦਦ ਉਹਨਾਂ ਦੀ ਕਿਸ ਤਰ੍ਹਾਂ ਕੀਤੀ ਜਿਹੜੀ 1984 ਦੇ ਨਸਲਕੁਸ਼ੀ ਹੋਈ ਹੈ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ? ਮੈਂ ਭਾਵੇਂ 1995 ਦੇ ਬਾਅਦ ਆਇਆ ਜੀ, ਭਾਵੇਂ ਮੇਰੇ ਤੋਂ ਪਹਿਲੇ ਦੇ ਪ੍ਰਧਾਨ ਸਨ ਪ੍ਰਬੰਧਕ ਕਮੇਟੀ ਸੀ ਜੀ, ਸਾਰਿਆਂ ਨੇ ਇਹਨਾਂ ਦੀ ਕਾਨੂੰਨੀ ਮਦਦ ਔਰ ਆਰਥਿਕ ਸਹਾਇਤਾ ਵਾਸਤੇ ਕੋਈ ਕਸਰ ਨਹੀਂ ਛੱਡੀ ਜੀ, ਕੋਈ ਨਹੀਂ ਕਹਿ ਸਕਦਾ ਜੀ। ਅਸੀਂ ਇਹਨਾਂ ਨੂੰ ਸਾਫ਼ ਕਿਹਾ ਸੀ, ਤੁਸੀਂ ਜਿਹੜੇ ਬੱਚੇ ਲਿਆਉਂਦੇ ਹੋ ਤੁਹਾਡੇ ਹੈਗੇ, ਜਿਹੜੇ ਕਾਬਲ ਅਸੀਂ ਦਿਓ, ਅਸੀਂ ਆਪਣੇ ਕਾਲਜਾਂ 'ਚ ਨੌਕਰੀ ਦਿੰਦੇ ਹਾਂ, ਗੁਰਦੁਆਰਿਆਂ 'ਚ ਦਿੰਦੇ ਹਾਂ, ਸਕੂਲਾਂ 'ਚ ਦਿੰਦੇ ਹਾਂ ਜੀ, ਅਸੀਂ ਜਿਹੜੇ ਵੀ ਮੇਰੇ ਕੋਲ ਲੈ ਕੇ ਆਏ ਨੇ, ਮੈਂ ਕਦੀ ਨਾ ਨਹੀਂ ਕੀਤੀ ਜੀ। ਅੱਜ ਵੀ ਮੇਰੇ ਟੈਨਿਊਰ ਦੇ ਵਿੱਚ ਇਹ 60 ਬੱਚੇ ਤੋਂ ਸ਼ੁਰੂ ਹੋਏ ਸਨ, 141 ਬੱਚਾ 84 ਰਾਈਟਸ ਦੇ ਜਿਹਨਾਂ ਦੇ ਅੱਜ ਉਹ ਪੋਤਰੇ ਸਨ, ਪੁੱਤਰ ਸਨ, ਅੱਜ ਉਹ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਿਲਕ ਵਿਹਾਰ ਦੇ ਵਿੱਚ ਫ੍ਰੀ ਐਜੂਕੇਸ਼ਨ ਲੈ ਰਹੇ ਸਨ ਜੀ। ਭਾਵੇਂ ਉਹਨੂੰ ਕੁਝ ਕੰਪਨਸੇਸ਼ਨ ਸਾਨੂੰ ਕਈ ਸੰਸਥਾਵਾਂ ਦੇ ਰਹੀਆਂ ਸਨ ਜੀ, ਪਰ 141 ਉੱਥੇ। ਇਸ ਵਾਸਤੇ ਦਿੱਲੀ ਕਮੇਟੀ ਦੇ ਵਿੱਚ ਅੱਜ ਤੱਕ, ਮੈਂ ਨਹੀਂ ਕਹਿ ਰਿਹਾ ਕਿ ਚਲੋ ਮੈਂ ਕੀਤਾ ਜਾਂ ਸਾਡੇ ਵਕਤ ਕੀਤਾ, ਜਿਹੜੇ ਸਾਡੇ ਤੋਂ ਪਹਿਲੇ ਸਨ ਉਹਨਾਂ ਨੇ ਇਹਨਾਂ ਦੀਆਂ ਪੈਨਸ਼ਨਾਂ ਲਾਈਆਂ, 250 ਰੁਪਏ ਦੀ ਪੈਨਸ਼ਨ ਤੋਂ ਲਾ ਕੇ 1000 ਰੁਪਏ ਤੱਕ ਪੈਨਸ਼ਨ ਕੀਤੀ, ਫਿਰ ਉਸ ਨੂੰ ਅਗਰ ਜੇ ਉਹਨਾਂ ਨੇ ਖਤਮ ਕੀਤਾ, ਜਿਸ ਵਕਤ ਮਹਿੰਦਰ ਸਿੰਘ ਮਠਾਰੂ ਪ੍ਰਧਾਨ ਸੀ ਤਾਂ ਉਹਨਾਂ ਨੇ ਕੰਪਨਸੇਸ਼ਨ ਦਿੱਤਾ ਸਾਰਿਆਂ ਨੂੰ ਜੀ, ਬਈ ਜਿਹੜੇ ਸ਼ਾਦੀ ਕਰਾ ਬੈਠੇ ਹਨ ਜਾਂ ਕਿਸੇ ਤਰ੍ਹਾਂ ਬੈਠੇ ਹਨ ਤੇ ਉਹ ਸਾਰੇ ਕਰਦੇ ਰਹੇ ਹਨ ਜੀ। ਦੇਖੋ ਜੀ, ਮੈਂ ਸਿੱਧੀ ਗੱਲ ਹੈਗੀ, ਮੈਂ ਕੋਈ ਅੱਜ ਗੁਰੇਜ ਨਹੀਂ ਕਰਦਾ ਗੱਲ ਕਹਿਣ ਤੋਂ, ਮੈਂ ਪਹਿਲੇ ਦਿਨ ਇਹ ਕਿਹਾ ਸੀ ਕਿ ਯਾਦਗਾਰ ਬਹੁਤ ਆਲੀਸ਼ਾਨ ਬਣਨੀ ਚਾਹੀਦੀ ਹੈ ਜੀ, ਪਰ ਉਹ ਯਾਦਗਾਰ ਦਰਬਾਰ ਸਾਹਿਬ ਦੀ ਹਦੂਦ ਚੋਂ ਬਾਹਰ ਬਣਿਆ। ਪਰ ਅੱਜ ਮੈਂ ਕਹਿ ਰਿਹਾ ਜੇ ਇਹ ਬਣ ਗਈ ਹੈਗੀ ਹਾਂਜੀ, ਤੇ ਹੁਣ ਸਾਨੂੰ ਇਹਨੂੰ ਪੂਰੀ ਮਾਨਤਾ ਦੇਣੀ ਚਾਹੀਦੀ ਹੈ। ਕਿਤੇ ਵੀ ਬਾਕੀ ਜਿਹੜੀਆਂ ਧਰਮ ਹੈਗੇ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ, ਇਹ ਸਾਡਾ ਨਿੱਜੀ ਮਾਮਲਾ ਹੈ, ਇਹਦੇ ਵਿੱਚ ਜਿਹੜੀ ਗੱਲ ਤੈਅ ਹੋਈ ਹੋਈ ਹੈ ਉਸ ਤੋਂ ਅੱਗੇ ਪਿੱਛੇ ਹਟਣਾ ਨਹੀਂ ਚਾਹੀਦਾ ਜੀ। ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਇਹ 1935-36 ਚ ਮਹਾਤਮਾ ਗਾਂਧੀ ਦਾ ਬਿਆਨ ਹੈਗਾ ਸੀ ਹਾਂਜੀ, ਜਦ ਮਾਸਟਰ ਤਾਰਾ ਸਿੰਘ ਵਾਈਕਾਨ ਦੇ ਮੰਦਿਰ ਦੇ ਵਿੱਚ, ਜਿਸ ਵਕਤ ਸ਼ਡਿਊਲ ਕਾਸਟ ਨੂੰ ਨਹੀਂ ਸੀ ਜਾਣ ਦਿੰਦਾ, ਜੱਥਾ ਲੈ ਕੇ ਗਏ ਸਨ ਉੱਥੇ ਜੀ, ਬਈ ਮਾਸਟਰ ਜੀ ਨੂੰ ਚਾਹੀਦਾ ਹੈ ਕਿ ਦੂਜੇ ਧਰਮਾਂ ਦੇ ਮਸਲੇ ਦੇ ਉੱਤੇ ਕਿਸੇ ਨੂੰ ਵੀ ਮੁਖਾਸਲ ਕਰਨ ਦਾ ਹੱਕ ਨਹੀਂ ਹੈ। ਮੈਂ ਪੁੱਛਣਾ ਚਾਹੁੰਦਾ ਵੀ ਅੱਜ ਬੀਜੇਪੀ ਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਕਿਉਂ ਕਹਿਣ ਜੀ ਇੱਥੇ ਕੀ ਹੋਣਾ ਤੇ ਕੀ ਨਹੀਂ ਹੋਣਾ ਚਾਹੀਦਾ ਜੀ? ਇਹ ਮਸਲਾ ਅਕਾਲੀ ਦਲ ਦਾ ਹੈ, ਇਹ ਮਸਲਾ ਸ਼੍ਰੋਮਣੀ ਕਮੇਟੀ ਦਾ ਹੈ, ਇਹ ਮਸਲਾ ਅਕਾਲ ਤਖਤ ਦੇ ਜਥੇਦਾਰ ਦਾ ਹੈ ਔਰ ਸੰਤ ਸਮਾਜ ਦਾ ਹੈ। ਉਹ ਆਪਣੇ ਜਿਹੜਾ ਉਹਨਾਂ ਨੇ ਇਹ ਫੈਸਲਾ ਕਰਨ
ਉਹਨਾਂ ਨੂੰ ਕੀ ਹੈਗਾ ਜੀ ਇੱਥੇ ਕਿਹਦੀ ਫੋਟੋ ਲੱਗਣੀ ਹੈ ਤੇ ਕਿਹਦੀ ਨਹੀਂ ਲੱਗਣੀ, ਕਿਹਦਾ ਇਤਿਹਾਸ ਲਿਖਣਾ ਤੇ ਕਿਹਦਾ ਨਹੀਂ ਲਿਖਣਾ ਜੀ। ਪਰ ਗੱਲ ਤੇ ਹੈਗੀ ਨਾ 84 ਦੀਆਂ ਮੰਗਾਂ ਮੰਨਣ ਵਾਸਤੇ ਉਹਨਾਂ ਦੀ ਜਿਹੜੀ ਸ਼ਿਕਾਇਤ ਹੈ ਉਹ ਕਰਨ ਵਾਸਤੇ ਜਾ ਰਹੇ ਹਾਂ ਜੀ, ਤੇ ਬਾਦਲ ਸਾਹਿਬ ਕੇਸ ਕੁਛ ਕੋਲ ਪਲੀ ਕਰਾ ਰਹੇ ਨੇ ਅਡਵਾਨੀ ਸਾਹਿਬ ਕੋਲ, ਜਿਨ੍ਹਾਂ ਨੇ ਆਪਣੀ ਕਿਤਾਬ ਚ ਆਪ ਕਿਹਾ ਜੀ ਕਿ ਇੰਦਰਾ ਗਾਂਧੀ ਨੂੰ ਅਸੀਂ ਕਿਹਾ, ਮੈਂ ਔਰ ਵਾਜਪਾਈ ਨੇ ਕਿਹਾ ਵੀ ਅਟੈਕ ਕਰ, ਜਿਨ੍ਹਾਂ ਨੇ ਅਟੈਕ ਕਰਵਾਇਆ ਜਿਨ੍ਹਾਂ ਨੇ ਉਕਸਾਇਆ ਉਹ ਅੱਜ ਸਾਡਾ ਕੇਸ ਪਲੀ ਕਰ ਰਹੇ ਨੇ। ਹਾਂਜੀ, ਇਸ ਵਾਸਤੇ ਕਈ ਗੱਲਾਂ ਹੈਗੀਆਂ ਜਿਹੜੀਆਂ ਜਿਹੜੀਆਂ ਰਾਜਨੀਤੀ ਹੈਗੀ ਉਹ ਸਾਡੇ ਤੇ ਹਾਵੀ ਹੋਣ ਕਰਕੇ ਅਸੀਂ ਰਾਜਨੀਤੀ ਪਹਿਲੇ ਵੇਖਦੇ ਹਾਂ, ਪੋਲਿਟਿਕਸ ਆਪਣੀ ਪਹਿਲੇ ਦੇਖਦੇ ਹਾਂ, ਬਾਕੀ ਗੱਲਾਂ ਸਾਡੇ ਆਸੇ ਪਿੱਛੇ। ਬਿਲਕੁਲ, ਤੇ ਸਰਨਾ ਸਾਹਿਬ ਕੀ ਤੁਹਾਨੂੰ ਲੱਗਦਾ ਹੈ ਕਿ ਬਾਦਲ ਦਲ ਅਤੇ ਸੰਤ ਸਮਾਜ ਵਿੱਚ ਕੋਈ ਟਕਰਾਅ ਹੈ ਜਾਂ ਇੱਕ ਮਹਿਜ਼ ਸਿਆਸੀ ਡਰਾਮਾ ਹੈ? ਦੇਖੋ ਗੱਲ ਹੈਗੀ ਕਿ ਮੈਨੂੰ ਕੋਈ ਟਕਰਾਅ ਨਹੀਂ ਲੱਗਦਾ, ਨਾ ਬਾਦਲ ਦਲ ਸੰਤ ਸਮਾਜ ਬਗੈਰ ਰਹਿ ਸਕਦਾ ਤੇ ਨਾ ਸੰਤ ਸਮਾਜ ਬਾਦਲ ਸਰਕਾਰ ਬਗੈਰ ਰਹਿ ਸਕਦਾ ਜੀ, ਦੋਵਾਂ ਦੀਆਂ ਮਜਬੂਰੀਆਂ ਹੈਗੀਆਂ, ਇੱਕ ਦੂਜੇ ਬਗੈਰ ਨਹੀਂ ਰਹਿ ਸਕਦਾ ਜੀ। ਹਾਂਜੀ, ਤੇ ਵੀਰ ਜੀ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ, ਪਰ ਐਟ ਦੀ ਐਂਡ ਅਸੀਂ ਚਾਹਾਂਗੇ TV84 ਦਰਸ਼ਕ ਜਿਹੜੇ ਤੁਹਾਨੂੰ ਸੁਣ ਰਹੇ ਨੇ ਵੇਖ ਰਹੇ ਨੇ, ਤੁਸੀਂ ਉਹਨਾਂ ਨੂੰ ਦੱਸੋ ਕਿ ਤੁਸੀਂ ਸਿੱਖ ਕੌਮ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਮੈਂ ਤੇ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਅੱਜ ਦੇ ਦੌਰ ਵਿੱਚੋਂ ਸਿੱਖ ਕੌਮ ਗੁਜ਼ਰ ਰਹੀ ਹੈਗੀ ਜੀ, ਔਰ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀਆਂ ਮਰਿਆਦਾ ਪਰੰਪਰਾਵਾਂ ਨੂੰ ਮਿੱਟੀ ਚ ਰੋਲਤਾ ਗਿਆ। ਹਾਂਜੀ, ਅੱਜ ਪਿੰਡਾਂ ਦੇ ਵਿੱਚ ਤੁਸੀਂ ਚਲੇ ਜਾਓ, ਸ਼ਾਇਦ ਹੀ ਤੁਹਾਨੂੰ ਕੋਈ ਵਿਰਲੇ ਨੌਜਵਾਨ ਸਿੱਖ ਸਾਬਤ ਸੂਰਤ ਮਿਲਣਗੇ ਜੀ। ਔਰ ਜਿਹੜਾ ਇਹ ਸਿੱਖੀ ਦਾ ਪਤਨ ਹੋਇਆ ਹੈ ਇਸ ਨੂੰ ਕਿਵੇਂ ਅਸੀਂ ਹਰਿਆ ਭਰਿਆ ਕਰਨਾ ਹੈ, ਸਾਨੂੰ ਚਿੰਤਾ ਇਸ ਗੱਲ ਦੀ ਹੈ ਜੀ। ਇਸ ਦੇ ਲਈ ਹਰ ਪਰਿਵਾਰ ਆਪਣੇ ਬੱਚਿਆਂ ਵੱਲ ਧਿਆਨ ਦੇਵੇ, ਆਪਣੇ ਬੱਚਿਆਂ ਨੂੰ ਆਪ ਪ੍ਰੇਰਿਤ ਕਰੇ ਔਰ ਆਪ ਪ੍ਰਚਾਰਕ ਬਣੇ ਆਪਣੀ ਫੈਮਿਲੀ। ਬਿਲਕੁਲ ਜੀ, ਫਿਰ ਉਸ ਤੋਂ ਬਾਅਦ ਜਿਸ ਚਲੋ ਬਹੁਤ ਸਾਰੀ ਬੜੀ ਵੱਡੀ 90% ਮੈਂ ਸਮਝਦਾ ਵਾਂ ਕਿ ਅਮਰੀਕਾ ਕੈਨੇਡਾ ਦੀ ਜਿਹੜੀ ਵਸੋਂ ਹੈ ਉਹ ਪੰਜਾਬ ਦੀ ਧਰਤੀ ਤੋਂ ਉੱਥੇ ਗਈ ਹੈ ਜੀ, ਉਹ ਫਿਰ ਆਪਣੇ ਪਿੰਡ 'ਚ ਜਾ ਕੇ ਇਹ ਹਸਪਤਾਲ ਸਕੂਲ ਚਲਾਉਣ ਦੀ ਜਗ੍ਹਾ ਸਿੱਖੀ ਦੇ ਬੂਟੇ ਵੱਲ ਧਿਆਨ ਦੇਵਣ, ਉਸਨੂੰ ਪ੍ਰਫੁੱਲਤ ਕਰਨ ਜੀ। ਮੇਰੀ ਤੇ ਜਾਤੀ ਰਾਏ ਤੇ ਜੋ ਸੋਚ ਦਿੱਤੀ ਉਹ ਸੁਖਾਲਪੁਰ ਨੇ, ਮੈਂ ਉਸ ਬਾਰੇ ਇਹ ਬੇਨਤੀ ਕਰਨੀ ਚਾਹੁੰਦਾ, ਉਹ ਵੀ ਜ਼ਰੂਰੀ। ਪਰ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਦਸਾਂ ਗੁਰੂਆਂ ਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਏ ਨਖੇ ਕਦਮ ਤੇ ਚੱਲਣ, ਬਾਣੀ ਔਰ ਬਾਣੇ ਨਾਲ ਜੋੜਨ ਵਾਸਤੇ ਸੰਸਾਰ ਭਰ ਦਾ ਹਰ ਸਿੱਖ ਆਪਣਾ ਯੋਗਦਾਨ ਪਾਵੇ। ਬਿਲਕੁਲ, ਤਾਂ ਕਿ ਸਿੱਖੀ ਨੂੰ ਬਚਾਇਆ ਜਾ ਸਕੇ ਔਰ ਸਿੱਖੀ ਨੂੰ ਪ੍ਰਫੁੱਲਤ ਕੀਤਾ ਜਾ ਸਕੇ ਜੀ, ਮੈਂ ਇਸ ਵਕਤ ਇਹ ਬੇਨਤੀ ਕਰਦਾ ਜੀ। ਤੇ ਵੀਰ ਜੀ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ, ਟਾਈਮ ਟਾਈਮ ਨਾਲ ਫਿਰ ਤੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਹੋਰ ਵੀ ਕੈਸਨ ਦੇ ਉੱਪਰ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਉੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਕੀਪ ਵਾਚਿੰਗ ਨਿਊਜ਼ TV84 ਦੇ ਨਾਲ, ਵੀਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।